بسم اللہ الرحمن الرحیم السلام علیکم ਅਸੀਂ ਨਿੱਕੇ ਨਿੱਕੇ ਸੀਗੇ ਨਾ ਜੀ ਤੇ ਉਦੋਂ ਜ਼ਮਾਨਾ ਸਾਦਗੀ ਦਾ ਸੀ ਜਾਂ ਨਵਾਂ ਨਵਾਂ ਮੁਲਕ ਬਣਿਆ ਸੀ ਕੋ 20 30 ਸਾਲ ਹੋਏ ਸੀਗੇ ਬਿਜਲੀ ਦੇ ਪੰਪ ਨਹੀਂ ਹੁੰਦੇ ਸੀਗੇ ਹੁਣ ਤਾਂ ਲਾਲ ਪੰਪ ਹੋ ਗਿਆ ਖੂਹ ਹੁੰਦੇ ਸੀ ਉਸ ਤੋਂ ਬਾਅਦ ਨਲਕੇ ਆ ਗਏ ਤੇ ਮਸੀਤਾਂ ਦੇ ਵਿੱਚ ਐਦਾਂ ਦੇ ਲੋਟੇ ਹੁੰਦੇ ਸੀਗੇ ਮਿੱਟੀ ਦੇ ਏਦੀ ਰਖਾਇ ਟੂਟੀ ਲੰਮੀ ਉਹਨਾਂ ਦੀਆਂ ਟੂਟੀਆਂ ਵੀ ਨਿੱਕੀਆਂ ਹੁੰਦੀਆਂ ਸੀ ਤੇ ਉਹ ਇਹ ਤਾਂ ਥੱਲਿਓਂ ਪੈਂਦਾ ਹੈਗਾ ਉਹ ਐਂ ਹੀ ਰੁੜਦੇ ਰਹਿੰਦੇ ਸੀਗੇ ਘਰਾਂ ਦੇ ਵਿੱਚ ਲੋਹੇ ਦੇ ਪਿੱਤਲ ਦੇ ਤਾਂਬੇ ਦੇ ਲੋਟੇ ਹੁੰਦੇ ਸੀ ਲੋਟੇ ਦਾ ਦੋ ਤਰ੍ਹਾਂ ਦਾ ਕੰਮ ਹੁੰਦਾ ਸੀ ਇੱਕ ਹਸਤੰਜਖਾਨਾ ਦੇ ਵਿੱਚ ਅੱਛਾ ਮੁਸਲਮਾਨਾਂ ਦਾ ਲੋਟੇ ਨਾਲ ਖਾਸ تعلق ਆ ਕਿਉਂਕਿ ਜਿੰਨੀ ਸਫਾਈ ਸਥਰਾਈ ਪਾਕੀਜ਼ਗੀ ਅਸਲਾਮ ਚਾ ਕਿਸੇ ਹੋਰ ਮਜ਼ਬ ਵਿੱਚ ਸ਼ਾਇਦ ਹੋਵੇ ਮੇਰੇ ਇਲਮ ਚ ਨਹੀਂ ਹੈ ਇੱਕ ਸਤੰਜੇ ਖਾਨੇ ਚ ਹੁੰਦੇ ਸੀ ਇੱਕ ਵਜ਼ੂ ਖਾਨੇ ਚ ਹੁੰਦੇ ਸੀ ਤਾਂ ਘਰਾਂ ਦੇ ਵਿੱਚ ਵੀ ਜਿਹੜਾ ਗੁਸਲਖਾਨਾ ਆ ਜਾਂ ਉਹਨੂੰ ਵਾਸ਼ਰੂਮ ਹੁਣ ਕਹਿੰਦੇ ਖੁਰਾ ਸਾਦੇ ਹੁੰਦੇ ਸੀ ਪੰਜਾਬੀ ਚ ਇੱਕ ਲੋਟਾ ਖੁਰੇ ਚ ਪਿਆ ਹੁੰਦਾ ਸੀ ਤੇ ਇੱਕ ਜਿਹੜਾ ਲੋਟਾ ਨਾ ਬਾਹਰ ਹੁੰਦਾ ਸੀ ਉਹ ਪਿੱਤਲ ਦਾ ਜਾਂ ਤਾਂਬੇ ਦਾ ਹੁੰਦਾ ਸੀ ਬੜਾ ਚਮਕਾਇਆ ਹੁੰਦਾ ਸੀ ਉਹਦੇ ਉ ਕਲੀ ਵੀ ਕਰਾਈ ਹੁੰਦੀ ਸੀ ਜਿਹੜਾ ਹੁੰਦਾ ਸੀਗਾ ਖੁਰੇ ਦਾ ਉਹਨੂੰ ਨਹੀਂ ਸੀ ਹੁੰਦੀ ਉਹ 58 ਕਰਕੇ ਮੁੜ ਕੇ ਉਹਦੇ ਨਾਲ ਵਜ਼ੂ ਕਰਦੇ ਸੀ ਜੰਨੀ ਇਹ ਦਾ ਬਹੁਤ ਹੀ ਆਹਮ ਰੋਲ ਸੀਗਾ ਔਰ ਹੈਗਾ ਜਿਹੜੇ ਮਿੱਟੀ ਦੇ ਹੁੰਦੇ ਸੀ ਇਹ ਜਿਹੜੇ ਲੁੜਕ ਵੀ ਜਾਂਦੇ ਸੀਗੇ ਤੇ ਟੁੱਟ ਵੀ ਜਾਂਦੇ ਸੀ ਤਾਂਬੇ ਪਿੱਤਲ ਦੇ ਜਿਹੜਾ ਚੰਗਿਆਂ ਘਰਾਂ 'ਚ ਹੁੰਦੇ ਸੀ ਉਹ ਜ਼ਮਾਨਾ ਬਦਲ ਗਿਆ ਲੋਟੇ ਜਿਹੜੇ ਸੀਗੇ ਮਿੱਟੀ ਦੇ ਇਹ ਵੀ ਮੁੱਕ ਗਏ ਤਾਂਬਾ ਪਿੱਤਲ ਵੀ ਮਹਿੰਗਾ ਹੋ ਗਿਆ ਉਹ ਵੀ ਮੁੱਕ ਗਿਆ ਫਿਰ ਸਿਲਵਰ ਦੇ ਆ ਗਿਆ ਹੁਣ ਮੈਂ ਪਤਾ ਕੀਤਾ ਸਿਲਵਰ ਦਾ ਲੋਟਾ ਪਿੰਡ 'ਚ ਨਹੀਂ ਕਿਸੇ ਦੇ ਘਰ ਪਿੱਤਲ ਤਾਂਬੇ ਦੇ ਪਏ ਆ ਮੈਂ ਕਿਹਾ ਚਲੋ ਕੀ ਕਰਨੇ ਆ ਉਹ ਜਨਾਬ ਪਿੱਤਲ ਤਾਂਬੇ ਦੇ ਜਿਹੜੇ ਆ ਨਾ ਉਹ ਮੁੱਕ ਗਏ ਉਹਦੀ ਜਗ੍ਹਾ ਤੇ ਸਿਲਵਰ ਆ ਗਿਆ ਸਿਲਵਰ ਦੀ ਜਗ੍ਹਾ ਤੇ ਆ ਗਿਆ ਪਲਾਸਟਿਕ ਹੁਣ ਇਹ ਲੋਟਾ ਜਿਹੜਾ ਨਾ ਇਹਦਾ ਵੀ ਹੁਣ ਵੀ ਉਹੀ ਕਿਰਦਾਰ ਆ ਭਵੇਂ ਸ਼ਾਵਰ ਆ ਗਏ ਆ ਟੂਟੀਆਂ ਆ ਗਈਆਂ ਆ ਮੁਸਲਮ ਸ਼ਾਵਰ ਆ ਗਏ ਲੋਟਾ ਜਿਹੜਾ ਇਹਦਾ ਕੰਮ ਨਹੀਂ ਮੁੱਕਿਆ ਬਦਕਿਸਮਤੀ ਇਹ ਆ ਬਰੇ ਸਗੀਰ ਦੇ ਵਿੱਚ ਸਰਗੋਧ ਦੇ ਚ ਪੈਦਾ ਹੋਏ ਸੀ ਡਾਕਟਰ ਸ਼ੈਖ ਮੁਹੰਮਦ ਆਲਮ ਸਾਹਿਬ ਬਹੁਤ ਕਾਬਲ ਆਦਮੀ ਸੀ ਉਹਨੇ ਜੀਸੀ ਲਾਹੌਰ ਪਾਸ ਕਰਨ ਤੋਂ ਬਾਅਦ ਬਲੈਦ ਪਾਸ ਕੀਤੀ ਬਲੈਦ ਦੀਆਂ ਜਿੰਨੀਆਂ ਮਸ਼ਹੂਰ ਯੂਨੀਵਰਸਿਟੀਆਂ ਸਾਰਿਆਂ ਚ ਪੜੇ ਵੀ ਉਥੋਂ ਡਿਗਰੀਆਂ ਡਿਪਲੋਮੇ ਵੀ ਲਏ ਪਾਕ ਹਿੰਦੁਸਤਾਨ ਜਿਹਨੂੰ ਬਰੇ ਸਗੀਰ ਕਹਿੰਦੇ ਇਹਦੀ ਸਿਆਸਤ ਦੇ ਵਿੱਚ ਵੀ ਆਲਾ ਮਕਾਮ ਹਾਸਲ ਕੀਤਾ ਤੇ ਸਿਆਸਤ ਬਰੇ ਸਗੀਰ ਦੀ ਕੋਈ ਮذਬੀ ਔਰ ਖਸੂਸਨ ਸਿਆਸੀ ਪਾਰਟੀ ਐਸੀ ਨਹੀਂ ਸੀ ਜਿੱਦੇ ਚ ਸ਼ੇਖ ਮੁਹੰਮਦ ਆਲਮ ਸਾਹਿਬ ਨਹੀਂ ਗਏ ਸੀ ਕਾਬੁਲ ਆਦਮੀ ਸੀ ਹਰ ਕੋਈ ਕਹਿੰਦਾ ਸੀ ਆਜੋ 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 ਤੇ ਉਸ ਜ਼ਮਾਨੇ ਦੇ ਵਿੱਚ ਹੀ ਉਹਨਾਂ ਨੇ ਨਾ ਜਿੰਮੇਦਾਰ ਅਖਬਾਰ ਦੇ ਹੁੰਦੇ ਸੀ ਮੀਰ ਅਤਾ ਹਸਨ ਕਸ਼ਮੀਰੀ ਸਾਹਿਬ ਉਹਨਾਂ ਨੂੰ ਕੋਈ ਦੁੱਖ ਦਿੱਤਾ ਤੇ ਉਹਨਾਂ ਨੇ ਉਹਨਾਂ ਤੇ ਮਜ਼ਮੂਨ ਲਿਖਿਆ ਤੇ ਉਹਦੇ ਉੱਤੇ ਉਹਨਾਂ ਨੇ ਉਹਦੇ ਲਈ ਲਫ਼ਜ਼ ਇਸਤੇਮਾਲ ਕੀਤਾ ਲੋਟੇ ਦਾ ਬਲਕਿ ਬੇਪੈਂਦੇ ਦਾ ਪੈਂਦਾ ਕਹਿੰਦੇ ਜੀ ਇਹਨੂੰ ਆ ਜਿਹੜਾ ਲੈ ਚੋ ਪਾਣੀ ਵੀ ਡੁੱਲ ਗਿਆ ਤੇ ਉਹ ਬੇਪਿੰਦਾ ਜਿਹਦੀ ਇਹ ਚੀਜ਼ ਨਾ ਹੋਵੇ ਉਹ ਫਿਰ ਜਿੱਧਰ ਨੂੰ ਮਰਜੀ ਡੁੱਟ ਜਾਂਦਾ ਉਹ ਫਿਰ ਐਸਾ ਮਸ਼ਹੂਰ ਹੋਇਆ ਸਿਆਸਤ ਦੇ ਵਿੱਚ ਬੱਲੇ ਬੱਲੇ ਹੋ ਗਈ ਆ ਹੁਣ ਤਾਂ ਮਿੱਟੀ ਦੇ ਲੋਟੇ ਲੱਭਦੇ ਹੀ ਨਹੀਂ ਇਹ ਮਲਕਾਂ ਹਾਂਸ ਤੋਂ ਮੇਰੇ ਇੱਕ ਦੋਸਤ ਹੈ ਮਾਰ ਸਰਵਰ ਸੰਭਲ ਸਾਹ ਚੱਕ ਦੀਵਾਨਪਾਖ ਪਤਨ ਸ਼ਰੀਫ ਦੇ ਰਹਿਣ ਵਾਲੇ ਆ ਇਹ 2 ਸਾਲ ਪਹਿਲੇ ਲਿਆਏ ਸੀ ਬਸ ਮੈਂ ਡਰਦੇ ਨਹੀਂ ਇਹਦੇ ਤੇ ਕੋਈ ਬਣਾਇਆ ਹੀ ਨਹੀਂ ਮਜਬੂਰ ਮੈਂ ਕਿ ਕੋਈ ਲੋਟਾ ਹੀ ਨਾ ਨਾਰਾਜ਼ ਹੋ ਜਵੇ ਓਏ ਜਨਾਬੇ ਹੁਣ ਲੋਟੇ ਜਿਹੜੇ ਹਨਾ ਜੀ ਉਹ ਸ਼ੇਖ ਆਲਮ ਸਾਹਿਬ ਤੋਂ ਮਸ਼ਹੂਰ ਹੁੰਦੇ ਹੁੰਦੇ ਨਾ ਤੇ ਫਿਰ ਹਰ ਸਿਆਸਤਦਾਨ ਲਈ ਮੇਰਾ ਸਿਆਸਤਦਾਨਾਂ ਵਾਸਤੇ ਨਹੀਂ ਗੈਰ ਸਿਆਸੀ ਜਈ ਇੱਕ ਰਿਕੁਐਸਟ ਹੈ ਲੋਟਾ ਬਹੁਤ ਅਹਿਮ ਚੀਜ਼ ਆ ਅੱਛਾ ਇਹਦੀ ਹੋਰ ਗੱਲ ਮੈਂ ਦੱਸਾਂ ਬਹੁਤ ਸਾਰੇ ਕੈਂਡੀਡੇਟਾਂ ਦਾ ਇੰਤਖਾਬੀ ਨਿਸ਼ਾਨ ਵੀ ਲੋਟਾ ਹੀ ਸੀਗਾ ਤੇ ਇਹਨੂੰ ਨਾ ਮaaf ਕਰਦੇ ਹੋਣ ਇਹਨਾਂ ਦਾ ਨਾਂ ਜਿਹੜਾ ਨਾ ਬਦਲ ਦਿਓ ਸ਼ੇਖ ਆਲਮ ਤੋਂ ਬਾਅਦ ਹੁਣ ਵਸੀਮ ਕਾਦਰ ਚੌਧਰੀ ਸਾਹਿਬ ਆ ਆਖਰੀ ਲੋਟਾ ਉਹਨਾਂ ਨੂੰ ਕਰਦਾਰ ਦੇ ਦਿੱਤਾ ਗਿਆ ਹੈ ਹੁਣ ਉਹਦੇ ਤੋਂ ਬਾਅਦ ਦੇਖੋ ਕਿੰਨੇ ਹੁੰਦੇ ਆ ਹੱਸਦੇ ਰੋਵੋ ਤਾਂ ਵਸਦੇ ਰੋਵੋ ਸ਼ਾਦ ਰੋ ਤੇ ਆਬਾਦ ਰੋ ਅੱਲਾਹ ਤਾਲਾ ਆਸਾਨੀਆਂ عطا ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ عطا ਫਰਮਾਏ ਇਹਨਾਂ ਲੋਟਿਆਂ ਦਾ ਇਸਤੇਮਾਲ ਇਹਨੂੰ ਕਰਦੇ ਰਹਾ ਦੇਖੋ ਲਾਹੌਰ ਚ ਵਸੀਮ ਕਾਦਰ ਜਿਹੜਾ ਆ ਉਹਨੇ ਪਤਾ ਨਹੀਂ ਕੀ ਕਰ ਦਿੱਤਾ ਆ ਲੋਟਾ ਚੰਗਾ ਭਲਾ ਪਿਆ ਸੀਗਾ ਗੁਸਲਖਾਨੇ ਚ ਮਾਰ ਮਾਰ ਠੁੱਡੇ ਮੁੰਡਿਆਂ ਨੇ ਤੋੜ ਦਿੱਤਾ ਇਦਾਂ ਨਾ ਕਰੋ ਯਾਰ ਲੋਟਿਆਂ ਨੂੰ ਇਦਾਂ ਹੀ ਰਹਿਣ ਦਿਓ ਬਗਾਰ ਲੋਟੇ ਤੋਂ ਗੁਜ਼ਾਰਾ ਨਹੀਂ ਫਸਦੇ ਰੋ ਵਤਸਦੇ ਰੋ ਸ਼ਾਦਰੋ ਤੇ ਆਬਾਦਰੋ ਅੱਲਾਹ ਤਾਲਾ ਆਸਾਨੀਆਂ عطا فرمائے ਔਰ ਆਸਾਨੀਆਂ ਵੰਡਣ ਦਾ ਸ਼ਰਫ عطا فرمائے ਪਾਕਿਸਤਾਨ ਜ਼ਿੰਦਾਬਾਦ